ਅੱਜ ਮੱਝਾਂ ਚਾਰਦੇ ਆਇਆ, ਕਿਉਂਕਿ ਸਾਰੀ ਰਾਤ ਪ੍ਰਭੂ ਦੀ ਬੰਦਗੀ ਵਿੱਚ ਰਹਿ, ਇਬਾਦਤ ਵਿੱਚ ਰਹਿ, ਦਿਨ ਨੂੰ ਸਰੀਰ ਵਿੱਚ ਥੋੜ੍ਹੀ ਸੁਸਤੀ ਆਈ ਅਤੇ ਦਰਖਤ ਦੇ ਥੱਲੇ ਸੌਂ ਗਏ। ਦਰਖਤ ਦੀ ਛਾਇਆ ਇੱਕ ਪਾਸੇ ਹੋ ਗਈ ਔਰ ਮਹੀਨਾ ਵਿਸਾਖ ਦਾ ਸੀ, ਗਰਮੀ ਸੀ, ਧੁੱਪ ਪੈਣ ਲੱਗ ਪਈ ਚਿਹਰੇ ਤੇ। ਹੈਰਾਨਗੀ ਦੀ ਗੱਲ, ਭਾਰਤ ਦੀ ਪਕੜ ਵਿੱਚ ਇਹ ਗੱਲ ਆਦਿ ਕਾਲ ਤੋਂ ਆਈ ਹੈ, ਕੁਛ ਪਸ਼ੂ ਪਸ਼ੂ ਨਹੀਂ ਆਉਂਦੇ, ਮਨੁੱਖ ਆਉਂਦੇ ਨੇ, ਉਹਨਾਂ ਦਾ ਮਨ ਕੰਮ ਕਰਦਾ। ਬਹੁਤੇ ਮਨੁੱਖ ਮਨੁੱਖ ਨਹੀਂ ਆਉਂਦੇ, ਪਸ਼ੂ ਆਉਂਦੇ ਨੇ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਮਨੁੱਖ ਆਉਣ ਦੀ ਸੰਭਾਵਨਾ ਸਭ ਤੋਂ ਜ਼ਿਆਦਾ ਛੁਪੀ ਹੋਈ ਹੈ ਗਊ ਵਿੱਚ, ਮੋਰ ਦੇ ਅੰਦਰ, ਘੋੜੇ ਵਿੱਚ, ਹਾਥੀ ਵਿੱਚ ਔਰ ਸੱਪਾਂ ਦੇ ਵਿੱਚ ਵੀ। ਆਦਿ ਕਾਲ ਤੋਂ ਇਹ ਪਸ਼ੂ ਮਹਾਂਪੁਰਸ਼ਾਂ ਦੇ ਅੰਗ ਸੰਗ ਰਹੇ ਨੇ, ਸਤਪੁਰਸ਼ਾਂ ਦੇ ਅੰਗ ਸੰਗ ਰਹੇ ਨੇ ਔਰ ਅਨੇਕਾਂ ਐਸੇ ਸਬੂਤ ਵੀ ਮਿਲਦੇ ਨੇ, ਹਾਥੀ, ਗਊ, ਸੱਪ, ਘੋੜਾ ਸੰਵੇਦਨਸ਼ੀਲ ਆਉਂਦੇ ਨੇ ਔਰ ਕਈ ਦਫ਼ਾ ਇਹਨਾਂ ਦੀਆਂ ਧਾਰਮਿਕ ਭਾਵਨਾਵਾਂ ਆਉਂਦੀਆਂ ਨੇ, ਪ੍ਰਭੂ ਨਾਲ ਜੁੜੇ ਆਉਂਦੇ ਨੇ, ਸਮੇਂ ਸਮੇਂ ਅੰਦਰੋਂ ਚਿੰਤਨ ਵੀ ਕਰਦੇ ਨੇ ਪਰਮਾਤਮਾ ਦਾ। ਇੱਕ ਹਾਥੀ ਦਾ ਜ਼ਿਕਰ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਾਰ ਬਾਰ ਕਰਦੇ ਨੇ, ਜਬ ਹੀ ਸਰਨ ਗਹੀ ਕਿਰਪਾ ਨਿਧ ਗਜ ਗਰਾ ਤੇ ਛੂਟਾ, ਮਹਿਮਾ ਨਾਮ ਕਹਾ ਲੋ ਵਰਨੋ ਰਾਮ ਕਹਿਤ ਬੰਧਨ ਤੇ ਟੂਟਾ। ਇਹ ਹਾਥੀ ਦੀ ਕਥਾ ਹੈ। ਭਾਈ ਗੁਰਦਾਸ ਵੀ ਜ਼ਿਕਰ ਕਰਦੇ ਨੇ, ਦੁਖਤ ਗਜਿੰਦ ਅਰਬਿੰਦ ਗਏ ਭੇਟ ਰਾਖੇ ਤਾਂ ਕੇ ਕਾਜੇ ਚਕਰ ਪਾਣ ਆਣ ਗ੍ਰਸੇ ਗ੍ਰਾਹ ਜੀ। ਇੱਕ ਹਾਥੀ ਤਪ ਸਾਧਨਾ ਕਰਦੇ ਹੋਏ ਮਹਾਤਮਾ ਬੁੱਧ ਦੀ ਸੇਵਾ ਕਰਦਾ ਸੀ, ਜੰਗਲ ਦੇ ਚੋਂ ਉੱਚੇ ਉੱਚੇ ਦਰਖਤਾਂ ਤੋਂ ਫਲ ਤੋੜ ਕੇ ਲਿਆਂਦਾ ਸੀ, ਕਰਮੰਡਲ ਚੁੱਕ ਕੇ ਨਿਰੰਜਨਾ ਨਦੀ ਦੇ ਚੋਂ ਪਾਣੀ ਭਰ ਕੇ ਲਿਆਂਦਾ ਸੀ। ਰਾਤ ਨੂੰ ਜਦ ਮਹਾਤਮਾ ਬੁੱਧ ਧਿਆਨ ਸਾਧਨਾ ਵਿੱਚ ਬੈਠਦੇ ਸਨ, ਚਾਰੋਂ ਪਾਸੇ ਘੁੰਮ ਕੇ ਪਹਿਰਾ ਦਿੰਦਾ ਸੀ ਤਾਂ ਕਿ ਕੋਈ ਜੰਗਲੀ ਜਾਨਵਰ ਮਹਾਤਮਾ ਬੁੱਧ ਤੇ ਹਮਲਾ ਨਾ ਕਰ ਦੇਵੇ। ਜਿਸ ਦਿਨ ਸਾਧਨਾ ਦੀ ਸਫਲਤਾ ਤੋਂ ਬਾਅਦ ਸਿਧਾਰਥ ਗੌਤਮ ਬੁੱਧ ਬਣ ਕੇ ਜੰਗਲ ਨੂੰ ਛੋੜ ਕੇ ਜਾਣ ਲੱਗੇ, ਇਸ ਹਾਥੀ ਨੇ ਤੜਪ ਤੜਪ ਕੇ ਆਪਣੇ ਪ੍ਰਾਣ ਦੇ ਦਿੱਤੇ। ਸਾਰਾ ਬੌਧ ਜਗਤ ਹਾਥੀ ਦੀ ਪੂਜਾ ਕਰਦਾ, ਸਾਰਾ ਹਿੰਦੂ ਜਗਤ ਗਊ ਦੀ ਪੂਜਾ ਕਰਦਾ, ਮੋਰ ਦੀ ਪੂਜਾ ਕਰਦਾ, ਚੀਨ, ਜਾਪਾਨ ਤੇ ਭਾਰਤ ਵਿੱਚ ਬਕਾਇਦਾ ਸੱਪਾਂ ਦੀ ਵੀ ਪੂਜਾ ਹੁੰਦੀ। ਸ਼ਿਵਜੀ ਦੇ ਕੰਠ ਵਿੱਚ ਸਰਪ, ਬਹੁਤ ਗਹਿਰੀ ਬਾਰਿਸ਼ ਦੇ ਸਮੇਂ ਇੱਕ ਸ਼ੇਸ਼ਨਾਗ ਨੇ, ਇੱਕ ਬਹੁਤ ਵੱਡੇ ਸੱਪ ਨੇ ਮਹਾਤਮਾ ਬੁੱਧ ਉੱਤੇ ਆ ਕੇ ਛਾਇਆ ਕੀਤੀ ਤਾਂ ਕਿ ਪਾਣੀ ਮੁਖੜੇ ਤੇ ਨਾ ਪਵੇ। ਤੇਜ਼ ਧੁੱਪ ਜਦ ਗੁਰੂ ਨਾਨਕ ਦੇ ਮੁਖੜੇ ਤੇ ਪੈਣ ਲੱਗੀ, ਇੱਕ ਸਰਪ ਆਇਆ,
ਉਹਨੇ ਆਪਣੀ ਛਜਲੀ ਪਸਾਰ ਕੇ ਮੁਖੜੇ ਤੇ ਛਾਇਆ ਕੀਤੀ ਛਾਇਆ ਕੀਤੀ। ਰਾਹਗੀਰਾਂ ਨੇ ਸਮਝ ਲਿਆ ਨਾਨਕ ਜੀ ਸੁੱਤੇ ਹੋਏ ਨਹੀਂ, ਸੱਪ ਨੇ ਡੰਗ ਮਾਰਿਆ, ਖਤਮ ਹੋ ਗਏ। ਲੇਕਿਨ ਤਲਵੰਡੀ ਵਿਚ ਇਕ ਰਮਜ਼ੀ ਬੰਦਾ ਵੀ ਰਹਿੰਦਾ ਸੀ ਜੋ ਤਲਵੰਡੀ ਦਾ ਮਾਲਕ ਸੀ, ਰਾਏ ਬੁਲਾਰ। ਇਹ ਮਾਲਕ ਸੀ, ਪਿਤਾ ਕਲਿਆਣ ਦਾਸ ਮੁਲਾਜ਼ਮ ਸਨ, ਪਟਵਾਰੀ ਸਨ। ਇਹ ਜਦ ਲੰਘਿਆ ਘੋੜੇ ਤੋਂ ਉਤਰਿਆ, ਸਲਾਮ ਕੀਤੀ, ਸਜਦਾ ਕੀਤਾ। ਐਸਾ ਪੁਰਸ਼ ਇਹ ਸੱਪ ਜਿਨ੍ਹਾਂ ਨੂੰ ਡੰਗ ਮਾਰ ਕੇ ਖਤਮ ਕਰ ਦਿੰਦੇ ਨੇ, ਗੁਰੂ ਨਾਨਕ ਦੇ ਮੁਖੜੇ ਤੇ ਛਾਇਆ ਕਰ ਰਹੇ ਨੇ। ਸਰਪ ਨੇ ਛਾਇਆ ਕੀਤੀ, ਸ਼ਹਿਰ ਵਿੱਚ ਚਰਚਾ ਹੋਈ। ਕੁਛ ਅੱਖਾਂ ਜੋ ਅਨੁਭਵੀ ਸਨ ਗੁਰੂ ਨਾਨਕ ਨੂੰ ਹੋਰ ਢੰਗ ਨਾਲ ਦੇਖਣ ਲੱਗ ਪਈਆਂ, ਕੁਛ ਦਿਲ ਦਿਮਾਗ ਦੇ ਅੰਦਰ ਸਤਿਕਾਰ ਵੀ ਪੈਦਾ ਹੋਏ। ਲੇਕਿਨ ਪਿਤਾ ਆਖਿਰ ਪਿਤਾ ਹੈ, ਉਹ ਤੇ ਚਾਹੁੰਦਾ ਹੈ, ਕਿਉਂਕਿ ਉਸਦਾ ਸੰਬੰਧ ਮੋਹ ਦਾ ਆਉਂਦਾ ਹੈ। ਮੇਰਾ ਪਿਤਾ, ਮੇਰਾ ਪੁੱਤਰ ਹਰ ਗੱਲ ਦੇ ਸੰਪੰਨ ਹੋਵੇ, ਸ਼ਕਤੀਸ਼ਾਲੀ ਬਣੇ, ਗਿਆਨਵਾਨ ਬਣੇ, ਕਾਰੋਬਾਰੀ ਬਣੇ, ਧਨਵਾਨ ਬਣੇ। ਹਰ ਪਿਤਾ ਦੀ ਤਰ੍ਹਾਂ ਕਲਿਆਣ ਦਾਸ ਦੀ ਵੀ ਇਹੀ ਲਾਲਸਾ ਹੈ, ਇਹੀ ਉਮੰਗ ਹੈ, ਇਹੀ ਤਰੰਗ ਹੈ। ਸ਼ਹਿਰ ਵਾਸੀ, ਤਲਵੰਡੀ ਵਾਸੀ ਜੈਸੇ ਸਨਮਾਨ ਕਰਨ ਲੱਗ ਪਏ, ਸਤਿਕਾਰ ਕਰਨ ਲੱਗ ਪਏ, ਇਹਦੇ ਨਾਲ ਕਲਿਆਣ ਦਾਸ ਨੂੰ ਖੁਸ਼ੀ ਨਹੀਂ ਹੋਈ, ਦੁੱਖ ਹੋਇਆ। ਆਖਿਆ, ਪੁੱਤਰ ਗਿਆਨਵਾਨ ਨਹੀਂ ਹੈ, ਕਾਰੋਬਾਰੀ ਨਹੀਂ ਹੈ, ਇਹ ਤੇ ਕੋਈ ਸੰਤ ਜਾਪਦਾ ਹੈ, ਸੰਤ ਜਾਪ। ਭਾਵੇਂ ਸੰਤ ਮਹਾਨ ਹੈ, ਸੰਤ ਅਜ਼ੀਮ ਹੈ, ਮਨੁੱਖਤਾ ਦੀ ਸਿਰਮੌਰ ਹਸਤੀ ਹੈ, ਪਰ ਅਕਸਰ ਮਾਂ ਬਾਪ ਨਹੀਂ ਚਾਹੁੰਦੇ ਪੁੱਤਰ ਸੰਤ ਹੋਵੇ, ਕਾਰੋਬਾਰੀ ਹੋਵੇ, ਧਨਵਾਨ ਹੋਵੇ। ਇਹ ਚਾਹਤ ਆਉਂਦੀ ਹੈ ਆਮ ਮਾਂ ਬਾਪ ਦੀ ਤਰ੍ਹਾਂ, ਪਿਤਾ ਕਲਿਆਣ ਦਾਸ ਦੀ ਵੀ ਇਹ ਚਾਹਤ ਹੈ, ਮਾਤਾ ਤ੍ਰਿਪਤਾ ਜੀ ਦੀ ਵੀ ਇਹ ਚਾਹਤ ਹੈ। ਲੇਕਿਨ ਗੁਰੂ ਨਾਨਕ ਦੀ ਚਾਹਤ ਤੇ ਜਗਤ ਨੂੰ ਪ੍ਰਭੂ ਨਾਲ ਜੋੜਨਾ, ਆਪਣੇ ਆਪ ਹਰ ਵਕਤ ਪ੍ਰਭੂ ਨਾਲ ਜੁੜੇ ਰਹਿਣਾ ਔਰ ਜਗਤ ਨੂੰ ਜੋੜਨਾ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਜ਼ਿੰਦਗੀ ਦਾ ਲਕਸ਼ ਬਣਾਇਆ। ਉਹਨੇ ਸ਼ਹਿਰ ਵਾਸੀਆਂ ਨੂੰ, ਦੇਸ਼ ਵਾਸੀਆਂ ਨੂੰ, ਔਰ ਫਿਰ ਅਫਗਾਨਿਸਤਾਨ, ਈਰਾਨ, ਅਰਬ, ਰਸ਼ੀਆ, ਤਿੱਬਤ, ਭੂਟਾਨ, ਸਿੱਕਮ, ਲੰਕਾ ਤੇ ਚਾਈਨਾ ਦੇ ਇਲਾਕੇ 'ਚ ਭਰਮਣ ਕਰਕੇ ਮਨੁੱਖਤਾ ਨੂੰ ਪਰਿਪੂਰਨ ਪਰਮਾਤਮਾ ਨਾਲ ਜੋੜਨ ਦਾ ਯਤਨ ਕੀਤਾ, ਉਪਰਾਲਾ ਕੀਤਾ। ਵਿਸ਼ਵ ਭਰ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਤਿਹਾਸਕ ਅਸਥਾਨ ਇਸ ਗੱਲ ਦਾ ਸਬੂਤ ਨੇ, ਇਸ ਗੱਲ ਦਾ ਪ੍ਰਮਾਣ ਨੇ।